जो उसनू दवाई दिती तो वह बहस कर लग गया कि मैं दवाई ज़्यादा दो, तो उसने साडे स्टाफ जो दवाई देंदे उन्होंने गालां वगैरह कटियां। उस तो बाद मैं उन्होंने फिर क्या कि साइन कर, तो उसने मैं धक्के मारने शुरू करते तो गला फड़ लिया मेरा। नहीं जी, उन्होंने मैं कुछ नहीं किया, मैं दवाई मंग गया सर जी। तुसी डॉक्टर दे हत्थी पे हो कहंदे? नहीं जी, गला मेरे फड़े? नहीं जी, कुछ नहीं फड़े। साहब दा कहना है सानू सिक्योरिटी दी जाए, इत्थे कोई पुलिस वाला दिता जाए तो कि सानू काम करन च दिक्कत ना आवे। पर जे इस तरह की घटनावां हुंदियां रहणियां तां असीं डर दे माहौल च काम करना मुश्किल है। इहनां नूं पुछो जी, काउंट दे बंदे 20 बंदे 20 बंदे ने कुट्टिया, बहुत ज्यादा कुट्टिया। दवाई फिर छड्डी नहीं जा रही तुहाडे कोल? सर जी, इक गोली खाना मैं। सारे स्टाफ की यही डिमांड थी पुलिस कार्रवाई होनी चाहिए, तो पुलिस ने कार्रवाई उसे कर दी है। तो हम सारे डॉक्टर जो पेशेंट्स ने अज एक पेशेंट से जरा पता लगे भी डॉक्टर साहब ने बदतमीजी की है, उस संबंध में असं आए थे मैं एस डी एम साहब। इन्हें पूछो जी, काउंट के बंदे 20 बंदे 20 बंदे ने कुटिया, बहुत ज्यादा कुटिया। दवाई फिर छड़ी नहीं जा रही थोड़े को? सर जी, एक गोली खाना मैं, एक गोली मैं तो छड़ी नहीं जा। ਇਹ ਕੀ ਕਹਿੰਦੇ ਵੀ ਅਸੀਂ ਤਾਂ ਦਵਾਈ ਘਟਾ ਰਹੇ ਸੀ, ਕਹਿੰਦੇ ਤੁਹਾਡੇ ਕੋਲੋਂ ਕੁੱਟਮਾਰ ਕੀਤੀ ਗਈ ਡਾਕਟਰ ਦੀ? ਨਹੀਂ ਜੀ, ਉਹਨਾਂ ਨੂੰ ਮੈਂ ਕੁਛ ਨਹੀਂ ਕਿਹਾ, ਮੈਂ ਦਵਾਈ ਹੋ ਮੰਗ ਗਿਆ ਸਰ ਜੀ। ਤੁਸੀਂ ਡਾਕਟਰ ਦੇ ਹੱਥੀ ਪਏ ਹੋ ਕਹਿੰਦੇ? ਨਹੀਂ ਜੀ, ਗੁਲਾਮੀ ਨੂੰ ਫੜੇ? ਨਹੀਂ ਜੀ, ਕੁਛ ਨਹੀਂ ਕਿਹਾ। ਡਾਕਟਰ ਸਾਹਿਬ ਦਾ ਕਹਿਣਾ ਹੈ ਇਹ? ਡਾਕਟਰ ਸਾਹਿਬ ਦਾ ਕਹਿਣਾ ਤੁਸੀਂ ਉਹਨਾਂ ਦੇ ਹੱਥੀ ਪਏ? ਨਹੀਂ, ਮੈਂ ਨਹੀਂ ਕੁਛ ਕਿਹਾ। ਅੱਛਾ, ਫਿਰ ਕੁੱਟਿਆ ਤੁਹਾਨੂੰ? ਬਹੁਤ ਜ਼ਿਆਦਾ। ਇੱਕ ਸਾਡੇ ਕੋਲ ਇੱਕ ਓਟ ਤੋਂ ਦਵਾਈ ਲੈਣ ਮਰੀਜ਼ ਆਉਂਦਾ ਜੋ 2-3 ਸਾਲਾਂ ਤੋਂ ਆ ਰਿਹਾ ਹੈਗਾ। ਜਦੋਂ ਉਸਨੂੰ ਦਵਾਈ ਦਿੱਤੀ ਤਾਂ ਉਹ ਬਹਿਸ ਕਰਨ ਲੱਗ ਗਿਆ ਕਿ ਮੈਨੂੰ ਦਵਾਈ ਜ਼ਿਆਦਾ ਦਿਓ, ਅਤੇ ਉਸਨੇ ਸਾਡੇ ਸਟਾਫ ਜੋ ਦਵਾਈ ਦਿੰਦੇ ਉਹਨਾਂ ਨੂੰ ਗਾਲਾਂ ਵਗੈਰਾ ਕੱਢੀਆਂ। ਅਤੇ ਫਿਰ ਉਹ ਕਹਿੰਦਾ ਕਿ ਮੈਂ ਦਵਾਈ ਲੈ ਕੇ ਸਾਈਨ ਨਹੀਂ ਕਰਾਂਗਾ। ਉਹ ਦਵਾਈ ਲੈ ਕੇ ਜਾਣ ਲੱਗਿਆ ਉਸਨੂੰ ਮੈਂ ਜਾ ਕੇ ਸਮਝਾਇਆ ਕਿ ਦਵਾਈ ਲੈ ਲਈ ਆ, ਸਾਈਨ ਕਰ। ਕਹਿੰਦਾ ਮੈਂ ਸਾਈਨ ਨਹੀਂ ਕਰਦਾ। ਉਸ ਤੋਂ ਬਾਅਦ ਮੈਂ ਉਹਨੂੰ ਫਿਰ ਕਿਹਾ ਕਿ ਸਾਈਨ ਕਰ, ਤਾਂ ਉਸਨੇ ਮੈਨੂੰ ਧੱਕੇ ਮਾਰਨੇ ਸ਼ੁਰੂ ਕਰਤੇ ਅਤੇ ਗਲਾ ਫੜ ਲਿਆ ਮੇਰਾ। ਕਿੰਨੇ ਟਾਈਮ ਤੋਂ ਤੁਹਾਡੇ ਕੋਲ ਦਵਾਈ ਆ ਜੀ? ਉਹ 2-3 ਸਾਲਾਂ ਤੋਂ ਦਵਾਈ ਲੈ ਰਿਹਾ ਸਾਡੇ ਕੋਲ। ਉਹ ਸਾਡੇ ਕੋਲੋਂ ਓਟ ਦੇ ਅੰਡਰ ਜੋ ਦਵਾਈ ਆਉਂਦੀ ਆ ਉਹ ਦਵਾਈ ਚੱਲ ਰਹੀ ਸੀ ਉਸਦੀ। ਅਸੀਂ ਪੁਲਿਸ ਇਨਫੋਰਮੇਸ਼ਨ ਭੇਜਤੀ ਆ, ਪੁਲਿਸ ਵਾਲੇ ਲੈ ਗਏ ਆ, ਅਤੇ ਅਸੀਂ ਚਾਹੁੰਦੇ ਹਾਂ ਕਿ ਉਸ 'ਤੇ ਜੋ ਬਣਦੀ ਕਾਨੂੰਨੀ ਕਾਰਵਾਈ FIR ਵਗੈਰਾ ਦਰਜ ਹੋਵੇ। ਸਾਡੇ ਕੋਲ 750 ਦੇ ਕਰੀਬ ਰਜਿਸਟਰਡ ਜੋ ਹੈ ਮਰੀਜ਼ ਹੈ, ਅਤੇ 200-250 ਮਰੀਜ਼ ਰੋਜ਼ ਸਾਡੇ ਕੋਲ ਦਵਾਈ ਲੈਣ ਆਉਂਦਾ ਹੈਗਾ। ਨਹੀਂ, ਇਹ ਸਾਡੇ ਕੋਲ ਹਮੇਸ਼ਾ ਦਵਾਈ ਰਹਿੰਦੀ ਆ, ਪਰ ਇਹ ਜੋ ਦਵਾਈ ਲੈਣ ਵਾਲੇ ਆ ਵਾਰ ਵਾਰ ਸਾਡੇ ਨਾਲ ਬਦਤਮੀਜੀ ਕਰਦੇ ਹੈਗੇ, ਸਾਡੇ ਸਟਾਫ ਨੂੰ ਗਲਤ ਬੋਲਦੇ ਆ। ਅਸੀਂ ਕਈ ਵਾਰ ਪਹਿਲਾਂ ਵੀ ਐਡਮਿਨਿਸਟ੍ਰੇਸ਼ਨ ਨੂੰ ਕਹਿ ਚੁੱਕੇ ਕਿ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ, ਇੱਥੇ ਕੋਈ ਪੁਲਿਸ ਵਾਲਾ ਕੀਤਾ ਜਾਵੇ ਤਾਂ ਕਿ ਸਾਨੂੰ ਕੰਮ ਕਰਨ 'ਚ ਦਿੱਕਤ ਨਾ ਆਵੇ। ਪਰ ਜੇ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਰਹਿਣੀਆਂ ਤਾਂ ਅਸੀਂ ਡਰ ਦੇ ਮਾਹੌਲ 'ਚ ਕੰਮ ਕਰਨਾ ਮੁਸ਼ਕਿਲ ਹੈ। ਦੇਖੋ, ਅਸੀਂ ਪਹਿਲਾਂ ਜਦੋਂ ਪੁਲਿਸ ਨਹੀਂ ਆਈ ਸੀ ਫੋਨ ਕੀਤਾ ਹੈਗਾ, ਅਸੀਂ ਘੰਟਾ ਕੁ ਬੈਠ ਕੇ ਸਲਾਹ ਕੀਤੀ ਹੈ, ਜੇ ਪੁਲਿਸ ਅੱਗੇ ਕਾਰਵਾਈ ਨਹੀਂ ਕਰੇਗੀ ਤਾਂ ਫਿਰ ਹੋ ਸਕਦਾ ਕਿ ਅਸੀਂ ਡਰ ਦੇ ਮਾਹੌਲ 'ਚ ਨਾ ਕੰਮ ਕਰਕੇ ਸਾਨੂੰ ਕੰਮ ਰੋਕਣਾ ਵੀ ਪੈ ਸਕਦਾ। ਇਹ ਰਾਮਗੜ੍ਹ ਪਿੰਡ ਦਾ ਬੀਜ ਹੈ। ਉਹਦੇ ਉੱਤੇ ਸਾਰੇ ਸਟਾਫ ਦੀ ਇਹੀ ਡਿਮਾਂਡ ਸੀਗੀ ਪੁਲਿਸ ਕਾਰਵਾਈ ਹੋਣੀ ਚਾਹੀਦੀ ਹੈ, ਅਤੇ ਪੁਲਿਸ ਨੇ ਕਾਰਵਾਈ ਉਹਦੇ 'ਤੇ ਕਰ ਦਿੱਤੀ ਆ, ਅਤੇ ਹੁਣ ਸਾਰੇ ਡਾਕਟਰ ਜਿਹੜੇ ਆ ਪੇਸ਼ੈਂਟਸ ਨੇ। ਹਾਂਜੀ, ਥੋੜ੍ਹਾ ਜਿਹਾ ਪ੍ਰੋਬਲਮ ਤਾਂ ਆ ਹੀ ਰਹੀ ਹੈ ਸਿਕਿਉਰਿਟੀ ਦੀ, ਪਰ ਫਿਰ ਵੀ ਮੈਨੇਜ ਹੋ ਗਿਆ ਹੈ। ਨਹੀਂ, ਕੀ ਡਿਸਪੈਂਸਰੀਆਂ ਦੇ ਵਿੱਚ ਪੁਲਿਸ ਵੱਲੋਂ ਅਰੇਂਜਮੈਂਟ ਤੁਹਾਨੂੰ ਦਿੱਤਾ ਜਾਏਗਾ ਸੁਰੱਖਿਆ ਲਈ? ਹਾਂਜੀ, ਸਾਡੀ ਡਿਮਾਂਡ ਤਾਂ ਹੈ, ਅਸੀਂ ਲਿਖ ਕੇ ਦਿੱਤਾ ਹੋਇਆ ਵੀ ਸਾਨੂੰ ਸਿਕਿਉਰਿਟੀ ਦਿੱਤੀ ਹੈ। ਅੱਜ ਵੀ ਕੇਸ ਆ, ਪੁਲਿਸ ਨੇ ਕੇਸ ਰਜਿਸਟਰ ਕਰ ਦਿੱਤਾ ਉਹਦੇ ਅਗੇਂਸਟ, ਅਤੇ ਅੱਗੇ ਜੋ ਬਣਦੀ ਕਾਰਵਾਈ ਹੋ ਦਿੱਤੀ ਜਾਊਗੀ। ਓਪੀਡੀ ਸਟਾਰਟ ਹੋ ਗਈ? ਹਾਂਜੀ ਹਾਂਜੀ, ਓਪੀਡੀ ਸਟਾਰਟ ਹੋ ਤਾਂ ਉਸੇ ਵੇਲੇ ਅੱਧੇ ਘੰਟੇ ਬਾਅਦ ਸਟਾਰਟ ਹੋ ਗਈ ਸੀ। ਅੱਜ ਇੱਕ ਪੇਸ਼ੈਂਟ ਸੀ ਜਿਹੜਾ ਪਤਾ ਲੱਗਿਆ ਵੀ ਡਾਕਟਰ ਸਾਹਿਬ ਨਾਲ ਬਦਤਮੀਜੀ ਕੀਤੀ ਹੈ, ਉਹਦੇ ਸੰਬੰਧ ਵਿੱਚ ਅਸੀਂ ਆਏ ਸੀ ਮੈਂ ਅਤੇ ਐਸ ਡੀ ਐਮ ਸਾਹਿਬ, ਵੈਰੀਫਾਈ ਕੀਤਾ ਹੈਗਾ, ਇਹਨਾਂ ਦੀ ਕੰਪਲੇਂਟ ਦਿੱਤੀ ਆ, ਜੋ ਬਣਦੀ ਹੈ ਕਾਰਵਾਈ ਕਰਾਂਗੇ। ਅਸੀਂ ਜੀ ਜੋ ਹੈਗਾ ਪਬਲਿਕ ਦੀ ਹੋਰ ਇਹਨਾਂ ਦੀ, ਉਸ ਲਈ ਅਸੀਂ ਆਪਦਾ PCR ਲਾਤਾ ਹੈਗਾ, PCR ਲਗਾਤਾ ਹੈਗਾ, PCR ਇੱਥੇ ਇਹਨਾਂ ਦੀ ਕਵਰ ਕਰੂਗਾ। ਬਾਕੀ ਜੋ ਮੈਡੀਸਨ ਵਗੈਰਾ ਦਾ ਹੈਗਾ ਉਹ ਇਹਨਾਂ ਦਾ ਇੰਟਰਨਲ ਹੈ, ਉਹ ਇਹਨਾਂ ਨੇ ਕਰ। ਕਰ
ਭਲਾ ਹੋ ਭਲਾ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਬਾਬਾ ਸਲੀਮ ਖਾਨ ਸੰਪਰਕ ਕਰੋ 9878660078 ਗੈਟ ਐਕਸ ਲਵ ਬੈਕ ਇਨ ਯੋਰ ਲਾਈਫ ਪਰੇਸ਼ਾਨੀ ਜਿਵੇਂ ਲਵ ਮੈਰਿਜ ਲਈ ਮਾਤਾ ਪਿਤਾ ਨੂੰ ਮਨਾਉਣਾ ਪ੍ਰੇਮੀ ਪ੍ਰੇਮਿਕਾ 'ਚ ਝਗੜਾ ਤਲਾਕ ਕੇਸ ਸੌਤਨ ਦੁਸ਼ਮਣ ਤੋਂ ਛੁਟਕਾਰਾ ਜ਼ਮੀਨੀ ਝਗੜਾ ਵਿਦੇਸ਼ 'ਚ ਪੱਕਾ ਹੋਣਾ ਔਲਾਦ ਸੁੱਖ ਨੌਕਰੀ ਕਾਰੋਬਾਰ 'ਚ ਰੁਕਾਵਟ ਕਰਜ਼ਾ ਮੁਕਤੀ ਮੋਹਣੀ ਵਸ਼ੀਕਰਨ ਕਰਵਾਓ ਮਨਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਚ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਨਹੀਂ ਡੁੱਟਣ ਦੇਵਾਂਗਾ ਬਾਬਾ ਸਲੀਮ ਖਾਨ 9878660078